ਸਤਿ ਸ੍ਰੀ ਅਕਾਲ ਨੀ ਬੁਲਾਈ ਤੁਸੀਂ ਅੱਜ ਮੈਨੂੰ ਐ ਲੱਗਦਾ ਪੰਗਾ ਲੈ ਲਿਆ ਤੁਸੀਂ ਸਮਝਾਉਣਗੇ ਮੰਮੀ ਅੱਛਾ ਬਲੈਕ ਕਰਨੇ ਵਾਲ ਅੱਜ ਕੱਲ ਕਿੱਦਾਂ ਦਾ ਲੱਗੂ ਮੰਮੀ ਨੀ ਬੋਲ ਰਹੇ ਮੇਰੀ ਮਾਂ ਮੇਰੀ ਮਾਂ ਜਿਹੜੇ ਹਿਸਾਬ ਨਾਲ ਮੰਮੀ ਤੁਸੀਂ ਤੁਰੇ ਆਉਂਦੇ ਤੁਹਾਡੇ ਦਿਮਾਗ ਚ ਕੀ ਚੱਲ ਰਿਹਾ ਮੇਰੇ ਦਿਮਾਗ ਦੇ ਵਿੱਚ ਤੇ ਇਸ ਵੇਲੇ ਕੁਛ ਨੀ ਚੱਲ ਰਿਹਾ ਮੈਂ ਆਪਣਾ ਕੰਮ ਕਰਨ ਕੋਈ ਸ਼ੁਰੂ ਕਰ ਮੈਂ ਸ਼ੁਰੂ ਕਰਨਾ ਕੁਛ ਕਰਨਾ ਕੀ ਕਰਨਾ ਮੰਮੀ ਤੁਹਾਡੇ ਦਿਮਾਗ ਚ ਕੀ ਆ ਰਿਹਾ ਉਹ ਦੱਸਣਾ ਨਹੀਂ ਬਾਅਦ ਨਹੀਂ ਮੈਨੂੰ ਲੱਗਦਾ ਪਤਾ ਕੀ ਅੱਜ ਨਾ ਮੰਮੀ ਦੀ ਸਵੇਰੇ ਸਵੇਰੇ ਡੈਡੀ ਨਾਲ ਗੱਲ ਹੋ ਗਈ ਤੇ ਡੈਡੀ ਤੁਹਾਨੂੰ ਪਤਾ ਹੀ ਆ ਬੋਲਦੇ ਨੀ ਹੈਗੇ ਪਾਲਾ ਹਨਾ ਤੇ ਮੰਮੀ ਗੱਲਾਂ ਮਾਰੀ ਜਾਣ ਬਾਅਦ ਚੋਂ ਮੰਮੀ ਕਹਿੰਦੇ ਮੈਂ ਵੀ ਕਹਿੰਦੇ ਅੱਜ ਸਾਰਾ ਦਿਨ ਨਹੀਂ ਬੋਲਣਾ ਹੈਗਾ ਚੁੱਪੇ ਰਹਿਣਾ ਮੈਂ ਦੇਖਦੀ ਆ ਕਿਵੇਂ ਤੁਹਾਡਾ ਦਿਨ ਲੰਘੂਗਾ ਨਹੀਂ ਫਿਰ ਤੁਸੀਂ ਜੇ ਕੋਈ ਗੱਲ ਦੱਸਣੀ ਹੋਵੇ ਫਿਰ ਤੁਸੀਂ ਕਿੱਦਾਂ ਦੱਸੋਗੇ ਮੰਮੀ ਕਿਵੇਂ ਦੱਸੋਗੇ ਦੱਸ ਸਕਦੀ ਆ ਇਹਦੀ ਗੱਲ ਨਹੀਂ ਇਸ਼ਾਰਿਆਂ ਨਾਲ ਡੈਡੀ ਡੈਡੀ ਨੂੰ ਤੁਹਾਡੀ ਹਿੰਮਤ ਆ ਬਈ ਮੈਂ ਅੱਜ ਬੋਲਣਾ ਨੀਗਾ ਤੇ ਡੈਡੀ ਨੂੰ ਤੁਸੀਂ ਬੁਲਾ ਕੇ ਦਿਖਾ ਦੋ ਫਿਰ ਹੁਣ ਜਿਹੜੀ ਵੀ ਗੱਲ ਦੱਸਣੀ ਆ ਤੁਸੀਂ ਇਸ਼ਾਰਾ ਕਰਕੇ ਦੱਸਣੀ ਆ ਦੋ ਹੀ ਬੰਦੇ ਆਪਣੇ ਘਰ ਜਿਹੜੇ ਜਿਆਦਾ ਬੋਲਦੇ ਆ ਕਿ ਤੁਸੀਂ ਤੇ ਇੱਕ ਤੁਹਾਡੀ ਪੋਤੀ ਐਗਰੀ ਕਰਦੇ ਹੋ ਪਹਿਲਾਂ ਦੱਸੇ ਗੱਲ ਐਗਰੀ ਤਾਂ ਕਰ ਗਏ ਹੋਏ ਮੈਂ ਮੈਂ ਫਿਰ ਅਫੀਸ਼ੀਅਲੀ ਡਿਕਲੇਅਰ ਕਰਤਾ ਅੱਜ ਸਾਰਾ ਦਿਨ ਮੰਮੀ ਨੇ ਬੋਲਣਾ ਨੀ ਜਿਹੜੀ ਵੀ ਗੱਲ ਕਰਨਗੇ ਇਸ਼ਾਰਾ ਕਰਕੇ ਇਸ਼ਾਰੇ ਸਮਝਾਉਣਗੇ ਮੈਂ ਗੁੱਡ ਮੰਮੀ ਹੋਰ ਮੰਮੀ ਤੁਹਾਨੂੰ ਪਤਾ ਡੈਡੀ ਗੱਲ ਤਾਂ ਚੱਲਦੇ ਆ ਮੈਂ ਸਮਝ ਗਿਆ ਸਤਿ ਸ੍ਰੀ ਅਕਾਲ ਨੀ ਬੁਲਾਈ ਤੁਸੀਂ ਅੱਜ ਹੋਰ ਹੋਰ ਹੈਰਾਨੀ ਹੋ ਗਈ ਮੰਮੀ ਕਿਵੇਂ ਚੁੱਪ ਰਹਿਣਗੇ ਮੰਮੀ ਸਿਹਤ ਕਿਵੇਂ ਆ ਤੁਹਾਡੀ ਬਹੁਤ ਵਧੀਆ ਚੜ੍ਹਦੀ ਗੱਲਾਂ ਅਲੀਨਾ ਜਵਾਬ ਦੇਈ ਜਾਂਦੀ ਆ ਉਹਨਾਂ ਦੇ ਅਲੀਨ ਬੋਲਣਾ ਨਹੀਂ ਅੱਜ ਤੋਂ ਵੀ ਅੱਜ ਤੋਂ ਵੀ ਬੋਲਣਾ ਨਹੀਂ ਤੂੰ ਮਮਾ ਪੀਜ਼ਾ ਦੋਂਗੇ ਲਓ ਜੀ ਸਵੇਰੇ ਬ੍ਰੇਕਫਾਸਟ ਪੀਜ਼ਾ ਹੈ ਇਹ ਕਿਦਾਂ ਹੋ ਜੂਨੀ ਤੇ ਫਿਰ ਡੈਡੀ ਨੂੰ ਦੱਸੋ ਜਾ ਕੇ ਮੈਂ ਬੋਲਣਾ ਨਹੀਂ ਤੇ ਤੁਸੀਂ ਚੁੱਪ ਨਹੀਂ ਰਹਿਣਾ ਤੁਹਾਡੇ ਤਾਂ ਅੱਖਾਂ 'ਚ ਪਾਣੀ ਹੋਣ ਲੱਗ ਗਿਆ ਹੱਸ ਹੱਸ ਕੇ ਮਮੀ ਹਸਣ ਦੀ ਵੀ ਆਵਾਜ਼ ਨਹੀਂ ਆਉਣੀ ਚੀਜ਼ ਦੇ ਉੱਚੀ ਹਸੋਂਗੇ ਉਹ ਖਰਾ ਹੀ ਨਹੀਂ ਕਰ ਰਿਹਾ ਸਾਰਾ ਕੁਝ ਅੱਛਾ ਹਾਂ ਇਹ ਵੀ ਗੱਲ ਸਹੀ ਨੀਨਾ ਅੱਜ ਮੰਮੀ ਨੇ ਸਾਰਾ ਦਿਨ ਬੋਲਣਾ ਨੀ ਗਾ ਤੇਰੀ ਦਾਦੀ ਨੇ ਸਾਰਾ ਦਿਨ ਬੋਲਣਾ ਨੀ ਤੂੰ ਵੀ ਨੀ ਬੋਲਣਾ ਮੈਨੂੰ ਐ ਲੱਗਦਾ ਮੰਮੀ ਤੁਸੀਂ ਪੰਗਾ ਲੈ ਲਿਆ ਮੈਨੂੰ ਐ ਲੱਗਦਾ ਪੰਗਾ ਲੈ ਲਿਆ ਤੁਸੀਂ ਸਾਰਾ ਫਸਾਉਣਾ ਮੰਮੀ ਨੂੰ ਅੱਛਾ ਜੇ ਬੋਲ ਤੁਸੀਂ ਮੰਮੀ ਨੂੰ ਪਨਿਸ਼ਮੈਂਟ ਵੀ ਰੱਖਣੀ ਆਪਾਂ ਕੋਈ ਡੈਡੀ ਅੱਜ ਤੁਹਾਡੀ ਘਰ ਵਾਲੀ ਨੇ ਪੰਗਾ ਪਾ ਲਿਆ ਮੰਮੀ ਕਹਿੰਦੇ ਮੈਂ ਸਾਰਾ ਦਿਨ ਅੱਜ ਬੋਲਣਾ ਨੀਗਾ ਗੁੱਸਾ ਕਰ ਗਏ ਮੰਮੀ ਅੱਛਾ ਕਹਿੰਦੇ ਮੈਂ ਜਿਹੜੀ ਵੀ ਗੱਲ ਕਰਨੀ ਆ ਇਸ਼ਾਰੇ ਨਾਲ ਕਰਨੀ ਆ ਅੱਜ ਚੱਲ ਦੇਖਦੇ ਆ ਫਿਰ ਅੱਜ
ਤੇ ਤੁਸੀਂ ਬੋਲ ਬੋਲ ਕੇ ਕਰਨੀ ਆ। ਮੈਂ ਤਾਂ ਬੋਲ ਕੇ ਕਰੂੰਗਾ, ਮੈਨੂੰ ਉਹਨੂੰ ਬੁਲਾ ਲੈਣਾ। ਡੈਡੀ ਹਾਸਾ ਤਾਂ ਨਿਕਲਿਆ ਆ, ਹਾਸਾ ਤਾਂ ਸਾਧਿਆ ਤਾਂ ਸਹੀ ਆ। ਪਰ ਮੰਮੀ ਤੋਂ ਭੁਲੇਖੇ ਚ ਬੋਲ ਰਹਿਣਾ, ਮੈਨੂੰ ਪਤਾ ਰਹਿ ਨੀ ਹੋਣਾ ਮੰਮੀ ਤੋਂ। ਨਾ ਨਾ ਮੰਮੀ ਰਹੇ ਨਾ ਅਲੀਨ ਕੌਰ ਰਹੇ। ਇਹ ਗੱਲ ਸਹੀ ਆ। ਮੰਮੀ ਕੀ ਕਹਿੰਦੇ ਡੈਡੀ? ਮੰਮੀ ਪ੍ਰੂਵ ਕਹੀ ਜਾਂਦੇ, ਪ੍ਰੂਵ ਕਰਕੇ ਦਿਖਾ ਦਿਓ ਡੈਡੀ ਨੂੰ। ਮੈਂ ਜੇ ਚਾਹਾਂ ਤਾਂ ਚੁੱਪ ਰਹਿ ਸਕਦੀ। ਦੇਖਦਾ ਮੋਲ ਬਾਤ ਰੱਖਿਆ ਹੋਇਆ ਨਾ ਅੱਜ। 11 ਵਜੇ ਤੋਂ ਕੰਮ ਸਟਾਰਟ ਹੋ ਗਿਆ, ਰਾਤ ਦੇ 11 ਵਜੇ ਤੱਕ ਬੋਲਣਾ ਨੀ ਮੰਮੀ ਤੁਸੀਂ। ਰਾਤ ਦੇ 11 ਵਜੇ ਤੱਕ? 11 ਵਜੇ ਤੱਕ ਤਾਂ ਕਿੰਨੇ ਹਜ਼ਾਰ ਵਾਰੀ ਬੋਲ ਦੇਣਾ ਹੈ। ਮੀਨੇ ਫੱਟੇ ਚੱਕੇ ਪੈ ਨੇ ਅੱਜ ਨਾ। ਕਿੱਥੇ ਚੱਲੇ, ਕਿੱਥੇ ਚੱਲੇ ਮੰਮੀ, ਕਿੱਥੇ ਚੱਲੇ, ਕੀ ਕਰਨ ਲੱਗੇ ਤੁਸੀਂ? ਮੈਂ ਸਮਝਿਆ ਨੀ ਸਮਝਾਉਣਗੇ ਮੰਮੀ। ਅੱਛਾ, ਬਲੈਕ ਕਰਨੇ ਵਾਲ, ਮਹਿੰਦੀ ਲਾਉਣ ਲੱਗੇ ਨੇ, ਭੱਜਦੇ ਆ ਮੰਮੀ। ਮੰਮੀ ਨੂੰ ਪਤਾ ਨੀ ਫਸਾਉਣਗੇ ਮੈਨੂੰ ਇਹ। ਓਹੋ, ਮੰਮੀ ਵਿਚਾਰੇ ਫਸ ਗਏ ਅੱਜ ਤਾਂ। ਕਿੱਧਰ ਗਏ, ਕਿੱਧਰ ਗਏ ਮੰਮੀ? ਚਲ ਤਾਂ ਨਹੀਂ ਰਿਹਾ ਹੋਣਾ, ਮੰਨ ਲਓ ਕੋਈ ਧੱਕਾ ਨਹੀਂ ਹੈ। ਤੁਸੀਂ ਇਹ ਨਹੀਂ ਵੀ ਆਪਣੇ ਆਪ ਨੂੰ ਪਨਿਸ਼ਮੈਂਟ ਦੇਣੀ ਆ ਕੋਈ? ਅੱਜ ਕੱਲ੍ਹ ਕਿੱਦਾਂ ਦਾ ਲੱਗੂ ਮੰਮੀ ਨਹੀਂ ਬੋਲ ਰਹੇ। ਆ ਮੇਰੀ ਮਾਂ, ਮੇਰੀ ਮਾਂ ਯਾਦ ਰਹਿ ਗਿਆ। ਮੈਂ ਕਦੇ ਬਣਾਇਆ ਨੀ ਨਾ, ਮੈਨੂੰ ਆਇਆ ਵੀ ਘੀਏ ਦੀ ਸਬਜ਼ੀ ਪਤਾ ਨੀ ਕਿੱਦਾਂ ਦੀ ਬਣੂ। ਅੱਜ ਮੰਮੀ ਨੇ ਕਿਹਾ, ਮੈਂ ਕਿਹਾ ਮੈਂ ਬਣਾ ਕੇ ਖਵਾਉਣੀ ਆ, ਤੁਸੀਂ ਬੋਲਣਾ ਨੀ ਨਾ। ਮੈਂ ਕਿਹਾ ਚੱਲ ਕੋਈ ਨਾ। ਹਾਂ ਕੀ ਕੀ ਬਾ ਸਰ, ਜੁੜਾ ਸੁੱਤਾ। ਅੱਛਾ, ਅਰਮਾਨ ਸੁੱਤਾ ਪਿਆ, ਕੀ ਕਰਨਾ ਠਾਈਏ? ਦੇਖੀ ਮੰਮੀ ਮੈਂ ਸਮਝਾ ਲੈਂਦੇ ਆ ਗੱਲ ਨਾ, ਠਾਓ ਠਾਓ ਜਾ ਕੇ ਮੈਂ ਦੇਖਿਆ ਕਿੱਦਾਂ ਡਾਉਂਦੇ ਆ। ਤੂੰ ਨੀ ਠਾਉਣਾ, ਮੰਮੀ ਨੇ ਠਾਉਣਾ। ਦੇਖਦੇ ਆ ਕਿੱਦਾਂ ਠਾਉਂਦੇ, ਮੰਮੀ ਬੋਲਦੇ ਆ ਕਿ ਨਹੀਂ। ਤੂੰ ਨਾ ਕਰੀ ਪਿੱਛੇ ਦੇ ਰਾਤੀ ਇੱਧਰ ਪਿਆ ਸੀ। ਇਹ ਵੀ ਸਕੀਮ ਸਹੀ ਆ। ਮਨ ਤੈਨੂੰ ਕੋਈ ਠਾਉਣ ਆਇਆ? ਮੈਂ ਨਹੀਂ ਸੀ ਬੋਲਣਾ। ਰਾਤੀ ਅਰਮਾਨ ਨਾ ਫਰਾਈਡੇ ਨੂੰ ਗੇਮ ਖੇਡਦਾ ਹੁੰਦਾ ਅਤੇ ਇੱਥੇ ਹੀ ਸੌਂ ਗਿਆ ਰਾਤੀ। ਮਾਨੀਆ ਗੁੱਡ ਮੋਰਨਿੰਗ, ਸੋਹਣੇ ਦੇਖ ਤੈਨੂੰ ਕੌਣ ਠਾਉਣ ਆਇਆ? ਸੌਣਿਆਂ ਤੋਂ ਨਹੀਂ ਨਾ ਥੱਕਿਆ ਹੋਇਆ ਹਾਲੇ। ਮੰਮੀ ਗੁੱਡ ਟਰਾਈ, ਸਮਝਾਤੀ ਗੱਲ ਤੁਸੀਂ। ਅਲੀਨ ਰਹਿਣ ਦੇ ਪੁੱਤ, ਸੌਂ ਲੈਣ ਦੇ ਵੀਰੇ ਥੋੜ੍ਹੀ ਦੇਰ। ਓ ਚੱਲ ਉਹਦੇ ਪੈ ਲੈਣ ਦੇ ਵੀਰੇ ਨੂੰ। ਡੈਡੀ ਮੰਨ ਗਏ ਵੀ ਮੰਮੀ ਨੂੰ, ਮੰਮੀ ਨਹੀਂ ਬੋਲਦੇ? ਹਾਂ ਬੁਲਾ ਸਕਦੇ ਆਪਾਂ, ਬਾਰ ਬਾਰ ਯਾਦ ਨੀ ਨਾ ਕਰਾਉਣਾ ਮੰਮੀ ਨੂੰ ਵੀ ਮੰਮੀ ਨੇ ਅੱਜ ਬੋਲਣਾ ਨੀ। ਤੇ ਡੈਡੀ ਤੁਸੀਂ ਵੀ ਹੂੰ ਹਾਂ ਨਾ ਚ ਜਵਾਬ ਨੀ ਦੇਣਾ, ਬੁਰੀ ਗੱਲ ਕਰਨੀ ਆ ਤੁਸੀਂ ਵੀ ਅੱਜ। ਮੰਮੀ ਹੋ ਸਕਦਾ ਇੱਦਾਂ? ਔਖਾ ਤਾਂ ਫੀਲਿੰਗ ਦੱਸੋ, ਔਖਾ ਤਾਂ ਲੱਗਦਾ ਹੋਊਗਾ ਮਾੜਾ ਮੋਟਾ,
ਜਮਾ ਹੀ ਨਹੀਂ ਇੰਨਾ ਸੈਲਫ ਕੰਟਰੋਲ ਗੋਲਾ ਕਿਤੇ ਆਪਣੇ ਤੇ ਗਿਰ ਜਾਵੇ ਡੈਡੀ ਐਟਮ ਬੰਬ ਬਣ ਕੇ ਹੋ ਸਕਦਾ ਚਲੋ ਕੋਈ ਗੱਲ ਕੋਈ ਹੈਲਪ ਦੀ ਲੋੜ ਤਾਂ ਨਹੀਂ ਪੱਕਾ ਆਹੋ ਕਿ ਅੱਜ ਅਸੀਂ ਆਪ ਕਹਿ ਰਹੇ ਹਾਂ ਹੋਰ ਮੰਮੀ ਕੋਈ ਗੱਲਬਾਤ ਚਾਹ ਪੀਣ ਲੱਗਿਆ ਅਸੀਂ ਪੀਲੀ ਪੀਲੀ ਟਰਾਈ ਅਗੇਨ ਸ਼ਾਬਾਸ਼ ਮੰਮੀ ਮੰਨ ਗਏ ਬਾਈ ਕਿਆ ਬਾਤ ਲਿਆ ਤੁਹਾਨੂੰ ਸ਼ਾਬਾਸ਼ੀ ਦੇਈਏ ਸਹੀ ਗੱਲ ਆ ਮੈਨੂੰ ਨਾ ਇੱਕ ਦੋ ਮੈਸੇਜ ਵੀ ਆਇਆ ਸੀ ਆਪਣਾ ਰਾਣੋ ਦੇ ਨਾਲ ਵੀਡੀਓ ਬਣਾਉਣ ਲਈ ਮਤਲਬ ਆਪਣੀ ਮੋਟਰ ਬਾਈਕ ਦੇ ਨਾਲ ਵੀ ਕਿਤੇ ਘੁੰਮ ਫਿਰ ਕੇ ਆਉਂਦੇ ਸਾਡਾ ਪਲਾਨ ਬਣ ਰਿਹਾ ਐਕਚੁਅਲੀ ਥੋੜੇ ਲੰਬੇ ਟ੍ਰਿਪ ਬਣਾਵਾਂਗੇ ਇੱਕ ਦੋ ਅਤੇ ਉਹ ਮੋਟਰਸਾਈਕਲ ਦਾ ਨਾ ਇੱਕ ਕੰਮ ਹੋਣ ਵਾਲਾ ਸੀਗਾ ਅਤੇ ਨਾਲ ਦੀ ਨਾਲ ਉਹਦੀ ਵਾਰੰਟ ਆਫ ਫਿਟਨੈਸ ਲੱਗਣ ਵਾਲੀ ਸੀਗੀ ਉਹ ਕੰਮ ਆਪਾਂ ਕੱਲ੍ਹ ਕਰਾਇਆ ਜਾਂਦਾ ਸੋ ਹੁਣ ਆਪਾਂ ਛੇਤੀ ਉਹਦੇ ਨਾਲ ਪਲਾਨ ਬਣਾਵਾਂਗੇ ਬਟ ਅੱਜ ਦਾ ਪਲਾਨ ਤਾਂ ਇਹੀ ਆ ਵੀ ਮੰਮੀ ਨੂੰ ਬੁਲਾਉਣਾ ਮੰਮੀ ਨੂੰ ਜਿੱਤਣ ਨਹੀਂ ਦੇਣਾ ਆਪਾਂ ਮੈਂ ਐਕਚੁਅਲੀ ਸੋਚ ਰਿਹਾ ਮੈਨੂੰ ਅਲੀਨ ਨੂੰ ਬੁਲਾਈਏ ਮਾੜਾ ਜਿਹਾ ਅਲੀਨ ਗੱਲ ਸੁਣੀ ਪੁੱਤ ਤੈਨੂੰ ਇੱਕ ਜੋਬ ਦੇਣੀ ਹੈ ਜੇ ਤੂੰ ਕਰ ਗਈ ਨਾ ਤੈਨੂੰ ਫਿਰ ਆਈਸਕ੍ਰੀਮ ਖਵਾਉਣੀ ਅੱਜ ਉਰਿਆ ਨੀਨਾ ਤੈਨੂੰ ਪਤਾ ਮੰਮੀ ਨੇ ਅੱਜ ਪ੍ਰੋਮਿਸ ਕੀਤਾ ਮੰਮੀ ਕਹਿੰਦੇ ਮੈਂ ਸਾਰਾ ਦਿਨ ਬੋਲਣਾ ਨਹੀਂ ਬਸ ਐਂ ਇਸ਼ਾਰਿਆਂ ਦੇ ਨਾਲ ਮਤਲਬ ਵੀ ਨਾ ਐਕਸ਼ਨ ਕਰਕੇ ਦੱਸਣੀ ਆ ਸਾਰੀ ਗੱਲ ਤੂੰ ਜਾ ਕੇ ਉੱਦਾਂ ਮੰਮੀ ਨੂੰ ਬੁਲਾ ਲਾ ਦੇਖਦੇ ਮੰਮੀ ਬੋਲ ਦਿਆ ਕਿ ਨਹੀਂ ਕੀ ਕਹੇਗੀ ਗੱਲ ਸੁਣ ਕਹੇਗੀ ਕੀ ਕੁਛ ਕਹਿ ਦੇ ਕਿ ਮੰਮੀ ਕੀ ਹਾਲ ਹੈ ਜਾਂ ਸਮਥਿੰਗ ਯਾਦ ਆ ਮੰਮੀ ਨੂੰ ਇਹ ਅਸੀਂ ਨਹੀਂ ਨਾ ਮੰਮੀ ਭੁੱਲ ਗਏ ਹੋਣੇ ਮੰਮੀ ਨੂੰ ਯਾਦ ਆ ਏਦਾਂ ਪੁੱਛ ਨਹੀਂ ਕਰੀਦਾ ਇਟਸ ਓਕੇ ਮੰਮੀ ਦਾ ਜਮਾਦ ਹੋ ਗਿਆ ਹੁਣ ਤੈਨੂੰ ਗਰਮੀ ਲੱਗਣ ਲੱਗ ਗਈ ਕਰ ਲੈਣ ਦੇ ਪੁੱਤ ਪੁੱਛੋ ਜਾ ਲੀਨ ਆ ਦੇਖ ਲਾ ਮੰਮੀ ਸੈੱਟ ਨਹੀਂ ਕਰਨ ਦਿੰਦੀ ਮੈਨੂੰ ਕੁਛ ਵੀ ਕਰ ਲੈਣ ਦੇ ਕਰ ਲੈਣ ਦੇ ਕੰਮ ਕਰ ਲੈਣ ਦੇ ਹੈਲਪ ਕਰਾ ਦੇ ਜੈਡਾ ਦੀ ਹੈਲਪ ਕਰਾ ਦੇ ਹੈਲਪ ਕਰਾ ਦੇ ਹੈਲਪ ਚਲੋ ਉੱਠ ਪੁੱਤ ਮੈਨੂੰ ਕਰ ਲੈਂਦੇ ਪਲੀਜ਼ ਨਹੀਂ ਮੈਂ ਤੁਹਾਡੇ ਨਾਲ ਹੈਲਪ ਕਰਨਾ ਜੋ ਕਿ ਵੈਕਿਊਮ ਲਾਉਂਗੇ ਤੇ ਆਈਸਕ੍ਰੀਮ ਲਾਉਂਗੇ ਆਈਸਕ੍ਰੀਮ ਤਾਂ ਦੇ ਦੂੰ ਪਰ ਮੈਨੂੰ ਪਹਿਲਾਂ ਹੈਲਪ ਕਰਾ ਮੇਰੀ ਪਹਿਲਾਂ ਹੈਲਪ ਕਰਾ ਮੇਰੀ ਹੈਲਪ ਹੈਲਪ ਮੈਂ ਕਰਾਉਂਦੀ ਆ ਜੋ ਵੈਕਿਊਮ ਲਾਉਂਗੇ ਚੰਗਾ ਉੱਠ ਜਾ ਫਿਰ ਤੂੰ ਨਾ ਟਾਈਡ ਕਰ ਲੈਂਦੇ ਹੋ ਨਹੀਂ ਪਹਿਲਾਂ ਐਵੇਂ ਕਰੋ ਚੱਲ ਇਹਨੂੰ ਬਾਏ ਫਿਰ ਕੀ ਕਰਾਂ ਇਹਨੂੰ ਐਵੇਂ ਕਰੋ ਤੂੰ ਤਾਂ ਹੀ ਕਰੂੰਗਾ ਜੇ ਉੱਠੇਗੀ ਆ ਲੋ ਡਨ ਨਾ ਅੱਗੇ ਵਾਲਾ ਪਿੱਛੇ ਵਾਲਾ ਆ ਜਾ ਇੱਦਾਂ ਥੋੜੀ ਚੱਲਣਾ ਰੈੱਡ ਸਵਿੱਚ ਔਨ ਕਰ ਜ਼ੋਰ ਦੀ ਦੱਬੋ
ਜਿੰਨੀ ਖੁਸ਼ ਹੋਣ ਵਾਲੀ ਕੀ ਗੱਲ ਆ। ਸਾਰੇ ਹਾਊਸ ਚ ਕਰੇਗੀ ਨਾ। ਨਹੀਂ ਬਣੀ ਕਿ ਨਹੀਂ ਰੋਟੀ? ਭੁੱਖ ਲੱਗਿਆ ਸੀ, ਇੱਕ ਵੱਜ ਗਿਆ। ਲੈ ਟਰਾਈ ਕਰ। ਇਲੀਨ ਮੈਂ ਕਿਹਾ ਸੀ ਟੀਵੀ ਲਾਉਣਾ ਨੀਗਾ, ਯੂ ਨੋਟੀ ਗਰਲ। ਲੈ ਵੀ ਆਪਾਂ ਆਪਣੀ ਜੋਬ ਕਰਤੀ, ਸਫਾਈ ਹੋ ਗਈ ਸਾਰੀ, ਸੋ ਮੈਂ ਡਨ ਆ। ਮਨੀ ਹੁਣ ਮੈਂ ਆਪਣੇ ਕੰਮ ਕਰਨ ਲੱਗਿਆ। ਤੇਰਾ ਕੀ ਆ? ਕੀ ਆ ਮੇਰਾ? ਤੌਬਾ 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 ਬਾਬਾ। ਅੱਛਾ, ਨਾਲ ਦਾਲ ਬਣਾਈ ਆ? ਵੱਡੀ ਥਾਲੀ ਲਿਆ ਕਰ। ਕਿੱਦਾਂ ਫਿਰ ਬਣ ਸਕਦੀ ਗੁਲਾਬੀ ਅਮਣਾ? ਮਨੀ ਗੁਲਾਬੀ ਹਾਂ, ਘਰੇ ਕਰੀਮ ਪਈ ਆ। ਮੰਮੀ ਇਹ ਗੁਲਾਬੀ ਅਮਣਾ ਖਾਈਏ? ਮੰਮੀ ਜਿੱਥੇ ਨੇ ਉਰੇ ਮੰਮੀ ਗੁਲਾਬੀ ਅਮਣਾ ਬਣਾਉਣੀ, ਮੇਰੀ ਹੈਲਪ ਕਰਾ ਦੋਗੇ ਨਾਲ? ਗੋਲ ਗੋਲ ਕਰਨੀਆਂ ਨੇ। ਵੀ ਟ੍ਰਾਈਡ। ਮੰਮੀ ਕਮਾਲ ਆ ਵੈਸੇ, ਇੰਨਾ ਤੁਹਾਡਾ ਵਿਲ ਪਾਵਰ ਹੈ। ਹਾਊ ਡੂ ਯੂ ਡੂ ਇਟ? ਮੰਮੀ ਖਾਓਗੇ ਗੁਲਾਬੀ ਅਮਣਾ ਕਿ ਨਹੀਂ? ਸਿਰ ਹਿਲਾਈ ਜਾਂਦੇ ਮੰਮੀ ਅੱਜ। ਗੁੱਡ ਆਨ ਯੂ ਮੰਮੀ। ਨਾ ਬਣਾਉਣੇ ਮੰਮੀ, ਸੀਰੀਅਸਲੀ ਇਲੀਨ ਨੂੰ ਨਹੀਂ ਦੇਣੀਆਂ ਬਸ। ਇਹਦੀਆਂ ਫੇਵਰਟ ਨੇ। ਮੈਂ ਨਹੀਂ ਲੈਣਾ, ਮੈਂ ਆਪੇ ਲਿਊਗਾ, ਮੈਂ ਆਪੇ ਬਣਾਊਗਾ। ਡੈਡੀ ਇਹ ਤਾਂ ਵਾਰਡ ਆਫ ਫਿਟਨੈਸ ਲੱਗ ਗਈ ਸੀਗੀ ਕੱਲ੍ਹ। ਅੱਛਾ, ਇੱਕ ਸਾਲ ਦੀ? ਇੱਕ ਸਾਲ ਚੱਲ, ਇੱਕ ਸਾਲ ਦੀ ਲੱਗ ਜਾਂਦੀ ਹੈ। ਹਾਂ, ਨਹੀਂ ਵਧੀਆ ਹੋ ਗਿਆ, ਜ਼ਰੂਰੀ ਸੀਗਾ ਇਹ ਵੀ ਕੰਮ। ਮੰਮੀ ਆਹ ਕੋਈ ਫਿਟਨੈਸ ਦੀ ਵੀਡੀਓ ਦੇਖ ਰਿਹਾ ਸੀ ਅੱਜ, ਕੀ ਦੇਖਿਆ ਮੈਂ ਉਹ ਚ? ਯਾਦ ਆ ਹਲੇ ਮੈਨੂੰ ਲੱਗਦਾ ਸੀ ਇੱਧਰ ਉੱਧਰ ਹੋ ਕੇ ਬੋਲੇ ਹੋ। ਨਹੀਂ ਨਾ, ਮੈਨੂੰ ਪੂਰਾ ਸ਼ੱਕ ਹੈ, ਮੈਨੂੰ ਆਵਾਜ਼ ਆਈ ਸੀ, ਆਈ ਸੀ। ਨਹੀਂ ਅੱਜ ਵੀ ਕਹਿੰਦਾ ਮੰਮੀ ਨਹੀਂ ਬੋਲੀ, ਬਾਕੀ ਨਹੀਂ ਬੋਲੀ ਤੂੰ ਤੇ ਮੰਮੀ। ਅੱਛਾ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਉਦਾਂ ਪੁੱਛਣਾ ਸੀਗਾ ਵੀ ਅੱਜ ਡਿਨਰ ਦੇ ਵਿੱਚ ਕੀ ਖਾਣਾ। ਖੰਭੇ ਵਾਂਗੂ ਸਹੀ ਗੱਲ। ਮੰਮੀ ਬਾਲ ਵਧੀਆ ਲੱਗ ਰਹੇ ਆਪਣੇ ਨਾਲ ਸਾਰਿਆਂ ਨਾਲ। ਜਵਾਲਾਮੁਖੀ ਫਟੂਗਾ ਕੱਲ ਨੂੰ। ਸਹੀ ਆ ਸਹੀ ਆ, ਕੋਈ ਗੱਲ ਨੀ ਮੰਮੀ ਉਸ ਤੋਂ ਤਾਂ। ਅੱਛਾ ਹੁਣ ਬਸ ਕਰਦੇ ਆ ਆਪਾਂ, ਮੈਨੂੰ ਲੱਗਦਾ ਤੁਸੀਂ ਬਹੁਤ ਚੁੱਪ ਰਹਿ ਰਹੇ ਕਿ ਹਾਲੇ ਰੱਖਣਾ ਪੂਰਾ ਵਾਅਦਾ। ਚਲੋ ਰਾਤ ਤੱਕ ਦੇਖਦੇ ਆ। ਮੈਂ ਲੀਨ ਨੂੰ ਪਹਿਲਾਂ ਟਰਾਈ ਕੀਤਾ, ਮੈਂ ਉਹਨੂੰ ਕਿਹਾ, ਮੈਂ ਕਿਹਾ ਲੀਨ ਤੂੰ ਜਾ ਕੇ ਬੁਲਾ ਮੰਮੀ ਨੂੰ, ਤੈਨੂੰ ਚੋਕਲੇਟ ਲੈ ਕੇ ਦਊਂਗਾ। ਕਹਿੰਦੀ ਉਹ ਨਹੀਂ ਬੋਲਦੇ, ਉਹ ਨਹੀਂ ਬੋਲਦੇ। ਕਹਿੰਦੀ
ਮੰਮੀ ਨੇ ਨਾ ਅੱਜ ਸਾਰਾ ਦਿਨ ਐਵੇਂ ਹੀ ਕੱਢਤਾ ਆ, ਕੋਈ ਬੋਲੇ ਨਹੀਂ ਹੈਗੇ, ਅਤੇ ਹੁਣ ਦੇਖਦੇ ਹਾਂ ਵੀ ਜੇ ਬੋਲ ਪੈਣ, ਹੁਣ ਤਾਂ ਸ਼ਾਮ ਤੱਕ ਥੱਕ ਵੀ ਗਏ ਹੋਣੇ ਮੈਨੂੰ ਲੱਗਦਾ। ਮੰਮੀ ਕੀ ਕਰਦੇ ਤੁਸੀਂ, ਤਿਆਰ ਹੋ ਜਾਣ ਲਈ? ਮੈਨੂੰ ਆਪ ਨੂੰ ਇੱਕ ਮਿੰਟ ਲਈ ਪਤਾ ਲੱਗਿਆ ਤੂੰ ਬੋਲ ਮੇਰੀ ਵੈਲਿਊ ਬਣੀ ਆ ਕਿ ਨਹੀਂ ਬਣੀ? ਹੁਣ ਸਾਰੇ ਕਹਿੰਦੇ ਬੋਲਦੀ ਕਿਉਂ ਨੀ? ਅੱਛਾ ਪ੍ਰੇਜ਼ ਹੋ ਗਈ, ਸਹੀ ਗੱਲ ਆ। ਜਿਹੜਾ ਬੰਦਾ ਰੌਣਕੀ ਹੁੰਦਾ ਉਹਨੂੰ ਅਗਲਾ ਤੂੰ ਤਾਂ ਬੋਲੀ ਜਾਣੀ ਬੋਲੀ ਜਾਣੀ, ਅੱਛਾ ਜੇ ਅਗਲਾ ਚੁੱਪ ਕਰ ਜੇ ਅੱਧਾ ਦਿਨ ਸਹੀ ਗੱਲ ਆਂਸਰ ਦੇਣ ਦੀ। ਤੇ ਡੈਡੀ ਵੀ ਅੱਜ ਤਾਂ ਗੱਲਾਂ ਬਾਤਾਂ ਕਰੀ ਗਏ ਨੇ, ਠੀਕ ਰਹੇ ਨੇ? ਡੈਡੀ ਨੂੰ ਐ ਹੋ ਗਿਆ ਜ਼ਿੰਮੇਵਾਰੀ ਪੈ ਗਈ ਸਿਰ ਅੱਜ। ਵਾਹ ਮਨੀ, ਡੇ ਐਂਡ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਇੰਨੇ ਵਧੀਆ ਡਿਨਰ ਦੇ ਨਾਲ। ਉਹ ਤਾਂ ਵੈਸੇ ਹੁੰਦਾ ਹੈ ਬ੍ਰੇਕਫਾਸਟ, ਆਪਾਂ ਜੇ ਅੱਜ ਡਿਨਰ ਕਰ ਰਹੇ ਹਾਂ। ਆਈ ਨੋ, ਦਿਲ ਕਰ ਰਿਹਾ ਸੀ ਇਦਾਂ ਦਾ, ਹਨਾ? ਕਿੱਦਾਂ ਫਿਰ ਮੰਮੀ ਦਾ ਕੀ ਰਿਜ਼ਲਟ ਕੱਢਿਆ ਆਪਾਂ ਅੱਜ? ਮੈਂ ਤਾਂ ਗਈ ਸੀ ਉਦੋਂ, ਮੈਂ ਤਾਂ ਸੋਚਿਆ ਮੰਮੀ ਨੂੰ ਫੜਾਂਗੀ ਹਲੇ, ਹਨਾ ਥੋੜੀ ਜਿਹੀ ਇੱਦਾਂ ਦੀ ਗੱਲਬਾਤ ਕਰੂੰਗੀ ਵੀ ਉਹਨਾਂ ਤੋਂ ਬੋਲਿਆ ਜਾਵੇ। ਮੈਂ ਕੁਦਰਤੀ ਜਾ ਕੇ ਬੋਲੀ, ਕੁਦਰਤੀ ਉਹਨਾਂ ਦਾ ਆਨਸਰ ਦਿੱਤਾ ਗਿਆ। ਮੈਂ ਉਹਨਾਂ ਨੂੰ ਪੁੱਛਣ ਗਈ ਹਨਾ, ਮੈਨੂੰ ਵੀ ਨੀ ਇੱਕ ਵੀ ਸੈਕਿੰਡ ਲਈ ਰਿਲਾਈਜ਼ ਹੋਇਆ ਵੀ ਉਹ ਬੋਲ ਪਏ ਨੇ। ਅੱਛਾ, ਮੈਂ ਨਾ ਮੈਂ ਵੀ ਨੋਰਮਲ ਜੀ ਹੋ ਗਈ, ਉਮੀ ਵੀ ਸਾਰਾ ਦਿਨ ਨਹੀਂ ਬੋਲੇ ਮੈਂ। ਚੱਲ ਕੋਈ ਗੱਲ, ਬਾਅਦ ਚ ਫਿਰ।